ਗਾਈਸ ਹੈ ਨਹੀਂ, ਬੰਦੇ ਇਮਾਨਦਾਰ ਨਹੀਂ ਗਏ। ਵਿੱਚ ਪਨੀਰ ਖਾਣਾ ਹੀ ਸਬਜ਼ੀ ਨਹੀਂ ਮਿਲੀ, ਲੇਕਿਨ ਫਿਰ ਤੁਹਾਨੂੰ ਪਤਾ ਆਪਾਂ ਗਵਾਂਢੀ। ਗਾਈਸ ਵੈਲਕਮ ਟੂ ਗੋਰਮੇ। ਗੁੱਡ ਮਾਰਨਿੰਗ ਗਾਈਸ, ਨੀਂਦ ਪੂਰੀ ਸਾਡੀ ਹੋਈ ਨਹੀਂ, ਡੱਡੂ ਨੇ ਸਾਨੂੰ ਸੌਣ ਨਹੀਂ ਦਿੱਤਾ ਕਿਉਂਕਿ ਡੱਡੂ ਜਾਗ ਗਿਆ ਸੀ। ਕਿਆ ਦੇਖ ਰਿਹਾ ਹੈ? ਪੀਜਨ ਪੀਜਨ ਦੇ ਪੁੱਤੂ ਦੁਆਲਾ ਏਅਰਬੀਅਨ ਵੀ ਡੱਡੂ ਨੂੰ, ਡੱਡੂ ਨੇ ਪੈਸੇ ਵਸੂਲ ਕਰ ਲਏ ਪੂਰੇ ਦੇ। ਪੀਜਨ ਕੁੱਕੜ ਬੜੇ ਮਿਲ ਗਏ ਨੂੰ ਵੇਖਣ ਲਈ। ਅਤੇ ਗਾਈਸ ਹੋਰ ਇੱਕ ਗੱਲ, ਜਦੋਂ ਕੋਈ ਕੈਬਡੂਸ਼ ਆਵੇ ਹੋਰ ਏਅਰ ਬੈਲੂਨ, ਸਾਡੀ ਤਾਂ ਕਿਸਮਤ ਚੰਗੀ ਸੀ ਕਿ ਸਾਡੀ ਫਸਟ ਡੇ ਹੀ ਹੋ ਗਈ ਹੈ ਇੱਥੇ। ਘੱਟੋ ਘੱਟ 3-4 ਦਿਨ ਨਾਲ ਲੈ ਕੇ ਆਇਆ ਕਰੋ, ਵੈਦਰ ਬਹੁਤ ਬੈਡ ਆ ਜੇ ਉਹ। ਹੁਣ ਕੱਲ੍ਹ ਮੇਰੇ ਖਿਆਲ ਨਾਲ ਫਲਾਈਟਸ ਨਹੀਂ ਹੁੰਦੀ ਆ ਰਾਤੀ ਅੰਦਰ। ਅਤੇ ਹੁਣ ਆਪਾਂ ਚੱਲੇ ਹਾਂ ਇਹਦੇ ਲੋਕਲ ਐਕਸਪਲੋਰ ਕਰਨ ਨੂੰ। ਬੈਲੈਂਸ ਤੋਂ ਇਲਾਵਾ ਵੀ ਇੱਥੇ ਬਹੁਤ ਕੁਛ ਹੈਗਾ। ਅਸੀਂ ਇੱਥੇ 4 ਦਿਨ ਆ, 4 ਦਿਨ ਐਸ਼ ਕਰਾਂਗੇ, ਚਿੱਲ ਮਾਰਾਂਗੇ, ਰੈਸਟ ਕਰਾਂਗੇ, ਕਿਉਂਕਿ ਅੱਗੇ ਸਾਡੇ ਜਿਹੜੇ ਟ੍ਰਿਪ ਨੇ ਉਹ ਬਹੁਤ ਹੀ ਹੈਕਟਿਕ ਹੈਗੇ ਨੇ, ਉੱਥੇ ਸਾਨੂੰ ਬੜੀ ਕੁੱਤੇ ਖਾਣੇ ਹੋਣੀ ਆ। ਚਲੋ ਚੱਲਦੇ, ਤੁਹਾਨੂੰ ਅੱਜ ਉੱਚੀ ਉੱਚੀ ਕਰ ਕੈਸਲ ਖਾਂਦੇ। ਮੈਂ ਇੱਧਰ ਬਾਰੀ ਖੋਲਾਂ, ਮੈਂ ਸਟੇਅਰਿੰਗ ਸਟੂਰਿੰਗ ਕਿੱਥੇ ਗਿਆ? ਪਰਲੀ ਸਾਈਡ ਦਾ ਇਹ ਬੜਾ ਕਨਫਿਊਜ਼ਿੰਗ ਹੀ, ਜੇ ਉਸ ਸਾਈਡ ਹੋਵੇ ਨਾ ਫਿਰ ਕੋਈ ਦਿੱਕਤ ਨਾ ਆਵੇ ਬੰਦੇ ਨੂੰ, ਆਣਾ ਪੁਲਟਾ ਪੁਲਟਾ ਆ ਜਾਂਦਾ ਨਾ ਉੱਤੋਂ। ਸਾਡੇ ਆ ਵੀ ਨਾ ਹੁਣ ਇੱਧਰ ਸਾਡੇ ਵਾਈਪਰ ਹੁੰਦੇ ਨੇ, ਇੱਧਰ ਇਹਨਾਂ ਦੇ ਇਸ਼ਾਰੇ ਅੱਗੇ ਪਿੱਛੇ ਨੇ। ਮੈਂ ਜਦੋਂ ਵਾਈਪਰ ਚਲਾ ਦਿੰਦਾ ਜਦੋਂ ਇਸ਼ਾਰੇ ਮਾਰਨੇ ਹੁੰਦੇ, ਮੈਂ ਆਟੋਮੈਟਿਕ ਨਾ ਉਹਦੇ ਕਰਕੇ ਦੇਖਾ ਨਹੀਂ ਪੈਂਦਾ, ਨਹੀਂ ਤੇ ਇੱਧਰ ਗੇਅਰ ਪਾਉਣੇ ਬੜੇ ਔਖੇ ਜੀ। ਅੱਛਾ ਹਮਕੋ ਸਿਖਾ ਰਹੀ ਹੈ। ਗੱਡੀ ਚਲਾਉਣ ਦਾ ਬੜਾ ਮਜ਼ਾ, ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲ ਰਿਹਾ। ਕਿਹੜੀ ਡੋਮ? ਕਿੱਥੇ ਡੋਮ? ਸਾਹਮਣੇ ਗੋਲ ਜਿਹਾ। ਹਾਂ ਅੱਛਾ, ਇਹ ਆਹੋ ਰੈਸਟੋਰੈਂਟ ਹੀ ਹੈ। ਧੁੱਪ ਧੁੱਪ ਵੇਖਣ ਨੂੰ ਮੈਂ ਭਾਵੇਂ ਕੀ ਹੈ, ਝੂਟੇ ਮਾਟੇ ਲੈਤੇ ਹਾਂ। ਸਵਿੰਗ ਸਵਿੰਗ ਬੇਬੀ ਸਵਿੰਗ, ਨੋ ਝੂਟੇ ਮਾਟੇ। ਚਲੋ ਆ ਗਿਆ ਜੀ, ਤੇ ਆਹ ਸਹੀ ਹੋਊਗਾ ਮੈਂ ਨਾ ਤੇ ਆਵੇ ਪਟੇ ਪੁੱਟੇ ਵੀ ਪੇ ਕੁੱਤੇ ਕੁੱਤੇ ਤੇ ਨਹੀਂ ਮੰਨਦੇ। ਮਿੱਟੀ ਬੇਬੂ ਦਾ ਪੂਰੀ ਮਿੱਟੀ ਹੈ ਯਾਰ ਇਹਦੇ 'ਚ ਨਾ, ਕਿੱਦਾਂ ਬਣਾਏ ਇਹ ਨਾ, ਇਹ ਆਪਣੇ ਨੈਚੁਰਲੀ ਬਣੇ ਆ, ਨੈਚੁਰਲੀ ਬਣੇ ਆ ਇਹ, ਕੁਦਰਤੀ ਇਹ ਇੰਨਾ ਸਟਰੋਂਗ ਹੁੰਦਾ ਇਹਦੇ 'ਚ ਤਾਂ ਹੀ ਅੱਗ ਜ਼ਿਆਦਾ ਹੁੰਦੀ ਆ। ਬੜਾ ਨਾ ਇਹ ਲੱਗ ਵੀ ਖਾਦੀ ਸ਼ਾਇਦ ਗਾਈਸ ਵੀਊ ਬੜਾ ਹੀ ਮਜ਼ੇਦਾਰ ਹੈ। ਐਂਡ ਹਲੋ ਬੜਾ ਬੋਲ ਕੇ ਨਾ ਦਿਖਾਵਾ। ਗਾਈਸ ਆ ਕੈਸਲ ਦੇ ਇੱਥੋਂ ਵੀ ਵਿਊ ਬੜਾ ਘੈਂਟ ਆ। ਡੱਡੂ ਸਾਡਾ ਪੂਰਾ ਜਾਏਗਾ, ਕੈਸਲ ਜਾਏਗਾ ਜਾਏਗਾ। ਇਹਦੇ ਅੰਦਰ ਜਾਣ ਦੀ ਟਿਕਟ ਹੈਗੀ 250 ਲੀਰਾ, ਸਸਤੀ ਆ। ਨਹੀਂ ਤੇ ਯੂਰਪ ਥੱਲੇ ਚੌਧਰੀ ਗੱਲ ਨਹੀਂ ਕਰਦੇ ਹੈਗੇ, ਡੋਲ ਬੰਸੀ ਵਾਲੇ ਪੈਲਸ ਵਾਲੇ ਖਰਚ ਕੇ ਦਿਲ ਨੂੰ ਡੰਗ ਡੋਂ 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 ਹੁੰਦੀ ਨੇ ਜਾਣਾ ਅੰਦਰ। ਆਹੋ ਸਾਰਿਆਂ ਦੇ ਇੱਥੇ ਆਏ ਆ ਲੋਕ, ਹੱਥ ਲਾਏ ਇਹਨਾਂ ਨੇ। ਅੱਛਾ ਆ ਗਾਈਸ ਵੱਡੇ ਵੱਡੇ ਜਿਹੜੇ ਹੈਗੇ ਆ। ਆਹੋ ਤੁਸੀਂ ਜ਼ਿਆਦਾ ਗੱਲ ਬਣਾ, ਆ ਬੋਨਾ ਬੋਨਾ ਵੀ ਧੰਨਵਾਦ। ਅੱਛਾ ਆਪਕਾ ਡੱਡੂ ਨੇ ਆਪਣੀ ਵੇਖਿਆ ਆਈਸਕ੍ਰੀਮ ਲੈਣਾ ਔਖੀ ਕਿੰਨੀ ਉਹਦੇ ਕੋਲ ਹੈ ਨਾ।
ਪਰ ਇੱਥੇ ਟਰਕੀ ਸਾਈਜ਼ ਕਿ ਬਹੁਤ ਜੰਮੀ ਆ। ਪਿਜਨ ਵੈਲੀ ਵੇਖਣ ਜਿੱਥੇ ਸਿਰਫ ਪਿਜਨ ਹੀ ਪਿਜਨ ਨੇ, ਪਿਜਨ ਖੁੱਡਾਂ 'ਚ ਨੇ, ਉੱਪਰ ਨੇ, ਥੱਲੇ ਨੇ, ਲੇਕਿਨ ਸਾਡਾ ਆਪਣਾ ਪਿਜਨ ਬੇਕਾਬੂ ਹੋਇਆ ਪਿਆ। ਥੱਲੇ ਚੱਲ ਪਓ ਅਤੇ ਉੱਥੇ ਪਿਜਨ ਰੁਕੂਗਾ, ਪਿਜਨ ਉੱਥੇ ਭਾਵੇਂ ਭਲਾ ਉੱਥੋਂ ਉੱਥੋਂ ਹੀ ਇੱਧਰ ਹੋ ਜਾਏ। ਇਸ ਪਿਜਨ ਬਹੁਤ ਹਾਨੂੰ ਉਹ ਪਿਜਨ ਜਿਹੜਾ ਜਾਨਵਰਾਂ ਨੂੰ ਇੰਨਾ ਪਿਆਰ ਕਿਤੇ ਕੀ, ਮੰਮੀ ਪਾਪਾ ਦੇ ਜਾਨਵਰ ਕੋਲ ਜਾਂਦੇ ਨੇ, ਪਿਜਰਾਂ ਨਾਲ ਵੀ ਪਿਆਰ, ਸਪੈਰੋ ਨਾਲ ਵੀ ਪਿਆਰ। ਮੰਮੀ ਤੁਸੀਂ ਇਹਨਾਂ ਨੂੰ ਕਰੋ, ਮੰਮੀ ਬੜਾ ਅਟਰੈਕਟਿਵ ਕਰਾਉਂਦੇ ਇਹਨੂੰ, ਐਂ ਕਰਕੇ ਕਰੋ ਦੇਖਿਓ। ਐਂ ਲੱਗਦਾ ਮੰਮੀ ਦਾ ਚਿਦਾਣਾ ਹੁੰਦਾ, ਇਹਦੇ ਫਰੈਂਡਲੀ ਆ ਸਾਰੇ, ਮਤਲਬ ਐਸਾ ਹਿਸਾਬ ਮੇਰਾ ਉਹ ਇਹ ਨਹੀਂ ਡਰਦੇ। ਪਰ ਉਹ ਆਉਂਦੇ ਆਉਂਦੇ ਲੱਗ ਗਏ ਆਉਂਦੇ, ਉਹ ਪਤਾ ਚੱਲ ਗਿਆ। ਪਰ ਉਹਨੂੰ ਜਿਹੜੇ ਸਾਡੇ ਉੱਥੇ ਦੇ ਉਹ ਤਾਂ ਡਰਦੇ ਇਨਸਾਨਾਂ ਤੋਂ, ਇਹਦੇ ਬਿੱਲੀਆਂ ਛਿੱਲੀਆਂ ਸਭ ਆਈਆਂ ਤੁਰੀਆਂ ਰਹਿੰਦੀਆਂ। ਉਹ ਆ ਗਈ ਹੈਣਾ ਵੀ ਉਹ ਇਹਨਾਂ ਉੱਧਰ ਵੇਖ ਬੜੇ ਫਰੈਂਡਲੀ ਹੋ। ਚੰਗਾ ਇੱਥੇ ਸਵੈਟ ਸ਼ਰਟਾਂ ਪਾਣੀਆਂ ਨਹੀਂ ਰਹੀ, ਠੰਡ 'ਚ ਗੁਰ ਜਾਣਾ। ਇੱਥੇ ਬਹੁਤ ਠੰਡ ਗਈ ਯਾਰ, ਇਹਦੇ ਉਹ ਆ ਸ਼ਿਮਲੇ ਆ, ਇਸਤਾਨਬੁਲ ਇੱਕ ਨਾ ਜਿਵੇਂ ਆਪਣੇ ਹਿੱਲ ਸਟੇਸ਼ਨ ਦਾ ਨਾ ਉੱਦਾਂ ਦਾ ਵਾ, ਇਸਤਾਨਬੁਲ ਪਹਾੜ 'ਤੇ ਆ, ਅਤੇ ਕੈਪੀਡੋਸ਼ੀਆ ਲਾਈਕ ਅਲੱਗ ਚੀਜ਼ ਹੈ ਗਾਈਸ, ਪੂਰੇ ਵਰਲਡ 'ਚ ਨਹੀਂ ਹੋਣੀ ਚਾਹੀਦੀ ਹੈਣਾ ਜੀ। ਨਾ ਮੈਨੂੰ ਨਹੀਂ ਲੱਗਦਾ ਕੈਪੀਡੋਸ਼ੀਆ ਵਰਲਡ 'ਤੇ ਹੋ ਗਈ ਆ। ਹਾਂ ਗਾਈ ਸਾਹਿਬ ਆਹ ਚੀਜ਼ ਆ ਕਿੱਥੇ ਆ ਇਹ, ਤੁਹਾਨੂੰ ਲੱਗਦਾ ਕਿਤੇ ਇਹ ਵੀ ਕੋਈ 7-8 ਵੰਡਰ 'ਚ ਆਉਣਾ ਚਾਹੀਦਾ ਸਿਸਟਮ ਅੱਜ ਕੱਲ੍ਹ ਬਹੁਤ ਹੀ। Guys reached at Love Valley. Love ਵਾਲੇ ਬੰਦਿਆਂ ਦੀ ਰੈਲੀ ਵੈਲੀ ਸੋਰੀ ਰੈਲੀ ਆਹੋ, ਪਰ ਇਹ ਸਟਰਕਚਰ ਕੋਈ ਹੋਰ ਹਿਸਾਬ ਦੇ ਲੱਗਦੇ ਆ, ਤਾਂ ਇਹਨੂੰ ਲਵ ਵੈਲੀ ਕਹਿੰਦੇ ਹੋਣੇ। ਚਲੋ ਚਲੇ ਉਹ ਥੱਲੇ ਵੀ ਜਾਣ, ਥੱਲੇ ਵੀ ਬੜਾ ਵਧੀਆ ਵਿਊ ਵਿਊ ਆਉਂਦਾ ਵਾ ਹਨਾ। ਉਹ ਇਹ ਲੋਕ ਗਏ ਉਹ ਕਾਰ ਲੈ ਕੇ, ਉਹ ਇਹ ਕਿੱਥੇ ਗਿਆ, ਉਹ ਜਾਂਦਾ ਆਪਾਂ ਅੰਦਰ ਵੀ ਚੱਲਦੇ ਠੀਕ ਆ। ਆਹ ਪਤਾ ਨਹੀਂ ਕੀ ਚੱਕਰ ਆ ਇਹਨਾਂ ਡੇਢ ਸ਼ਹਿਰਾਂ ਦਾ, ਫੋਟੋ ਪਤਾ ਨਹੀਂ ਕੀ ਲਿਖਿਆ ਜੀ, ਆਹ ਵੀ ਬੜਿਆ ਕੁਛ ਲਿਖਿਆ ਗਈਆਂ ਨੇ, ਫੁਕਰਾਨ ਸਾਰੇ ਆਪਣਾ ਚਾਹੀਦਾ। ਅਸੀਂ ਵੀ ਬੋਤਲ ਲੈ ਕੇ ਲਾਈਏ ਇੱਥੇ ਇੱਕ, ਫਿਰ ਅਗਲੀ ਦੀ ਆਵਾਂਗੇ ਤਾਂ ਬੋਤਲ ਵੇਖਾਂਗੇ ਹੈਗੀ ਕਿ ਨਹੀਂ ਹੈਗੀ। ਉਹ ਲੋਕ ਉੱਥੇ ਕੈਂਪਿੰਗ ਵੀ ਹੁੰਦੀ ਹੋਏ, ਫਰੈਂਡ ਮਾਹੌਲ ਬਣਾਇਆ ਇਹਨਾਂ ਨੇ ਇੱਥੇ ਹੋ ਰਿਹਾ ਮਜ਼ੇਦਾਰ। ਵੈਲੀ ਡੱਡੂ ਨਹੀਂ ਡੱਡੂ ਗਰਮੀ ਮੀਂਹ ਧੁੱਪ ਸ਼ਾਮ ਕੁਛ ਪਤਾ ਨੀ ਕਦੋਂ ਕੀ ਹੁੰਦਾ, ਅਨਪ੍ਰੈਡਿਕਟੇਬਲ। ਇੱਥੇ ਫਿਰ ਤਾਂ ਹੀ 4 ਦਿਨ ਕਹਿੰਦੇ ਆ ਕਿ ਕੱਢ ਗਿਆ, ਕੋਈ ਪਤਾ ਨੀ ਬੱਲ ਨੂੰ। ਆਹੋ ਅਸੀਂ ਵਿਹਲੇ ਹੋ ਗਏ ਵੈਸੇ। ਹੈਲੋ ਟੂ ਗਾਈਸ, ਕੰਟੀਨਿਊ ਦਾ ਰੈਸਟ ਆਫ ਵਲੌਗ ਨੂੰ ਅੱਜ ਵਿਖਾ ਲਗਿਆ ਗਾਈਸ ਅਨਬੋਕਸਿੰਗ। ਅਸੀਂ ਵੇਖਿਆ ਤੁਸੀਂ ਅਨਬੋਕਸਿੰਗ ਦਾ ਫਾਇਦਾ ਹੀ ਨਹੀਂ ਉਠਾ ਰਹੇ, ਤੁਹਾਡੇ ਲਈ ਫਿਰ ਅਨਬੋਕਸਿੰਗ ਵੀਡੀਓ ਲੈ ਆ। ਪਹਿਲੇ ਨੰਬਰ ਆਹ ਮੰਗਾਈ ਆ ਵਾਈਟ ਸ਼ਰਟ, ਇਹ ਤੁਹਾਨੂੰ ਅੱਗੇ ਅੱਗੇ ਪਤਾ ਚੱਲੇਗੀ। ਇਹ ਗਾਈਸ ਜਦੋਂ ਵਾਈਟ ਪਾ ਕੇ ਆਪਾਂ ਗਲਾਟਾ ਟਾਵਰ 'ਤੇ ਫੋਟੋਆਂ ਖਿਚਾਉਣੀਆਂ ਨਾ, ਤਾਂ ਇਹ ਹੋਏ ਨਾ ਉੱਥੇ ਫੈਨ ਫੈਨ ਫੈਨ। ਐਮਾਜ਼ੋਨ 'ਤੇ ਗਾਈਸ ਸੇਲ ਲੱਗੀ ਸੀ, ਅਪ ਟੂ 50% ਤੱਕ ਡਿਸਕਾਊਂਟ ਚੱਲ ਰਹੇ ਨੇ, ਫਿਰ ਆਪਾਂ ਦੇ ਲੁਫਤ ਉਠਾਈ ਜਾਂਦੇ ਹਾਂ, ਉੱਥੇ ਬੈਠੇ ਉਠਾਈ ਜਾਂਦੇ ਹਾਂ, ਤੁਸੀਂ ਵੀ ਉਠਾਈ ਜਾਓ। ਗਾਈਸ ਮੇਰੇ ਲਈ ਬਾਕੀ ਹੋਰ ਚੀਜ਼ਾਂ ਆਈਆਂ ਨਹੀਂ ਆ, ਪੱਲਾ ਸਾਹਿਬ ਤੁਹਾਨੂੰ ਪਤਾ ਆਪਣਾ ਫਾਇਦਾ ਉਠਾਈ ਜਾਂਦੇ ਆ। ਪੱਲਾ ਸਾਹਿਬ ਨੇ ਆਪਣੀ ਇੱਕ ਕਾਰਗੋ ਸਟਾਈਲ ਜੀਨ ਮੰਗਵਾਈ ਆ, ਕਾਰਗੋ ਸਟਾਈਲ ਦੀ ਸੀਨਾਂ ਗਾਈਸ ਬਹੁਤ ਚੱਲਦੀਆਂ, ਇਹ ਪਾਈਆਂ ਬੜੀ ਅਟਰੈਕਟਿਵ ਲੱਗਦੀਆਂ, ਬੰਦਾ ਯੈਂਕੀ ਸ਼ੈਂਕੀ ਲੱਗਦਾ, ਆਪਣੀ ਵਾਈਟ ਵੀ ਪਾ ਕੇ ਖਾਣਾ, ਇੱਦਾਂ ਥੋੜੀ ਪਤਾ ਚੱਲੂ। ਗਾਈਸ ਆਹ ਵਾ ਫਿਰ ਵਾਈਟ ਸ਼ਰਟ, ਤੁਹਾਨੂੰ ਪਤਾ ਐਂ ਪੂਰੀ ਐਂਡ ਫੋਟੋਆਂ ਗਾਈਸ ਪੂਰੀ ਐਂਡ ਲੱਗਣੀ ਆ। ਅਤੇ ਪੱਲਾ ਸਾਹਿਬ ਨੇ ਗਾਈਸ ਫਿਰ ਆਪਣੇ ਲਈ ਇੱਕ ਮੰਗਵਾਈ ਹੈ ਸਕਰਟ,
ਕਰਡ ਪਾ ਕੇ ਜਦੋਂ ਉੱਥੇ ਮੇਮਾ ਦੇ ਵਿੱਚ ਭੱਜਾਂਗੇ ਭਾਈ ਗਾਈਜ਼, ਇੱਕ ਨਾਲ ਮੰਗਵਾਈ ਆ ਇਹ ਬਲੈਕ ਕਲਰ ਦੀ, ਇਹ ਤੁਸੀਂ ਵੇਖ ਹੀ ਲਿੱਤੀ ਹੋਣੀ ਸ਼ਾਇਦ, ਕਿਉਂਕਿ ਇਹ ਜਦੋਂ ਨੂੰ ਆਪਾਂ ਪਾਣੀ ਉਦੋਂ ਨੂੰ ਆਪਾਂ ਹਾਇਆ ਸੋਫੀਆ ਆਉਣਾ ਵਾ, ਅਤੇ ਉੱਥੇ ਆ ਭੱਲਾ ਸਾਹਿਬ ਨੇ ਪੂਰਾ ਡਰੈਸਅਪ ਲੁੱਕ ਪਾਇਆ ਹੋਣਾ, ਤੁਹਾਨੂੰ ਫੋਟੋ ਦੇਖੀ ਹੋਣੀ ਆ। ਔਰ ਤੋਂ ਬਾਅਦ ਗਾਈਜ਼ ਫਿਰ ਭੱਲਾ ਸਾਹਿਬ ਨੇ ਇੱਕ ਮੰਗਵਾਈ ਆ ਇੱਦਾਂ ਦੀ ਲੈਗਿੰਗ ਜੀ ਰੈੱਡ ਕਲਰ ਦੀ, ਉਹ ਸਭ ਤੁਸੀਂ ਬਹੁਤ ਕੁਛ ਮੰਗਵਾ ਲਿਆ, ਮੇਰੇ ਲਈ ਕਿਹੜੀ ਕੁਛ ਮੰਗਵਾਇਆ, ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਗਏ, ਯੂ ਕੈਨ ਚੈੱਕ ਇਟ ਆਊਟ, ਸੇਲ ਲੱਗੀ ਜੇ ਲੁਫਤ ਟਾਲੋ ਬਾਏ, ਮੌਕਾ ਨਹੀਂ ਮਿਲਣਾ ਜੇ, ਚਲੋ ਕੰਟੀਨਿਊ। ਗਿੰਬਲ ਜੀ ਸਾਡੀ ਐਡੀ ਘੈਂਟ, ਇੰਨੀ ਵਧੀਆ ਵਧੀਆ ਫੋਟੋ ਖਿੱਚੀ ਦੀਆਂ, ਉਹ ਲਵ ਵੈਲੀ 'ਚ ਲਾਸਟ ਜਦੋਂ ਬਸ ਮਾਰਸ਼ ਆ ਗਈ ਭੱਜੇ ਤੇ ਉੱਥੇ ਹੀ ਛੱਡ ਆਏ, ਕਰਨੀ ਕਿਸੇ ਦਿਨ ਆਪਾਂ ਇੱਥੇ ਰੱਖੀ ਜੇ ਨਾ, ਜਦੋਂ ਤੁਹਾਨੂੰ ਇੱਥੇ ਘੁਮਾਇਆ ਸੀ ਨਾ ਇੱਥੇ ਛੱਡੀ, ਇੱਥੇ ਰੱਖੀ ਕਮਾਨ ਵਾਲੀ ਬਣਾਈਏ, ਆਹੋ ਪੁੱਛਦੇ ਨਾ ਕਮਾਨ ਵਾਲੀ ਲਿਆਈਏ, ਇਹੀ ਕਮਾਨ ਦੇ ਚੱਕਰ ਚ ਰਹਿ ਗਈ, ਗਾਈਜ਼ ਵੈਲਕਮ ਟੂ ਗੋਰਮੇ, ਚੱਲ ਰੀਲ ਬਣਾਈਏ ਉਹਦੇ ਦੂਜੇ ਹੱਥ ਇੱਦਾਂ ਨੀ, ਠੀਕ ਹੈ। ਇਸ ਟਾਈਮ ਸਾਰੇ ਗਾਈਜ਼ ਏ ਬੀ ਟੀ ਬਾਈਕ ਰਾਈਡ ਹੋ ਰਹੀ ਸਾਰਿਆਂ ਦੀ, ਵੇਖ ਪਾਗਲ ਹੀ ਹੋਏ ਪਏ ਚੌਧਰੀ, ਗਰੁੱਪ 'ਚ ਕਰ ਲਾਂਗੇ, ਆਹੋ ਇੱਕ ਆਹ ਹੀ 150 ਮਿੰਟ ਦਿੰਦੇ ਆ, ਇੱਧਰ ਜ਼ਿਆਦਾ ਨਹੀਂ ਆ, ਉੱਧਰ ਘੱਟ ਨਹੀਂ ਆਏ, ਜਾਂ ਉੱਧਰੋਂ ਇੱਧਰ ਆ ਜਾਂਦੇ ਹੋਣੇ ਨਾ, ਦੋ ਤਿੰਨ ਵੈਲੀਆਂ ਘੁੰਮਾਉਂਦੇ ਹੋਣੇ ਹੁਣ, ਆ ਗਾਈਜ਼ ਆਪਾਂ ਨੇ ਕਿਹੜੀ ਰੈੱਡ ਵੈਲੀ ਹੈ ਜਾਂ ਆਪਾਂ ਨੇ ਕਿਹੜੀ ਵੈਲੀਆਂ ਬੜੀਆਂ ਇੱਥੇ, ਡੂਮਜ ਵੈਲੀ, ਹਾਂ ਚਲੀਏ ਅੱਗੇ ਗਾਈਜ਼, ਤਾਂ ਠੰਡ ਇੰਨੀ ਪੈਂਦੀ ਨਾ, ਗੋਰਿਆਂ ਦਾ ਹੀ ਕੰਮ ਹੈ, ਬੰਦਾ ਕੋਈ ਚਾਹ ਚੂਹ ਪਲਾਏ ਕੋਫੀ ਕੋਫੀ ਹੈ ਨਾ, ਜੂਸ ਜੂਸ ਪੇ ਤੁਨੀ ਠੰਡ ਲਵਾ ਸਕਦੇ ਆ ਵੀ, ਜੂਸ ਰੈਂਡ ਕਰਾਈ ਜਾਂਦੇ, ਫਿਰ ਉੱਥੇ ਨਾ ਬੁੱਟਾ ਵੀ ਦੇ ਦਿੰਦਾ ਇੱਕ ਜਣਾ ਸ਼ਾਇਦ, ਬੁੱਟਾ ਬੁੱਟਾ ਗਾਈਜ਼, ਆ ਅਲੱਗ ਵੈਲੀ ਹੈ ਕੋਈ, ਇਹਦਾ ਨਾਂ ਲੱਭੋ, ਅਲੱਗ ਵੈਲੀ ਸਵੋਟ ਵੈਲੀ ਪਤਾ ਨਹੀਂ ਕਿਹੜੀ ਕਹਿੰਦੇ ਆ ਗਾਈਜ਼, ਹੁਣ ਉਹ ਨਹੀਂ ਬੰਨੀ, ਟਾਈਮ ਲੈਪਸ ਨਹੀਂ ਬੰਨੀ, ਕਿਉਂਕਿ ਗਿੰਬਲ ਹੀ ਗਵਾ ਗਈ ਕਿਸਮਤ ਹੀ ਨਾ, ਟ੍ਰਿਪ 'ਚ ਬਸ ਟਿੰਟੈਂ ਟੁੰਟੇ ਨਹੀਂ ਹੋਈ ਜਾਂਦੇ ਗਾਈਜ਼, ਅਸੀਂ ਆਪਣੇ ਗਲੇ ਲੱਗੇ, ਅਸੀਂ ਇੱਧਰ ਤਾਂ ਵੇਖਿਆ ਨਹੀਂ ਗੋਰਮੇ ਸ਼ਹਿਰ ਦਾ ਵਿਊ ਹੈ ਨਾ, ਆਹ ਬੜਾ ਘੈਂਟ ਜੀ, ਆਹ ਵੈਲੀ ਨਾਲੋਂ ਜ਼ਿਆਦਾ ਵਧੀਆ ਆਹ ਲੱਗਾ ਮੈਨੂੰ, ਆਹ ਜਿਹੜਾ ਆਪਾਂ ਗਏ ਨਾ ਸਵੇਰੇ, ਆਹ ਵਾਲਾ ਕੈਸਲ, ਇਹ ਗੋਰਮੇ ਦਾ ਸਭ ਤੋਂ ਲਾਰਜੈਸਟ ਮਤਲਬ ਸਭ ਤੋਂ ਹਾਈ ਵਾਲਾ ਕੈਸਲ ਆ, ਟਰਕੀ ਵਰਗੇ ਸ਼ਹਿਰਾਂ 'ਚ ਨਾ ਤੁਹਾਨੂੰ ਗੂਗਲ ਟਰਾਂਸਲੇਟਰ ਚਾਹੀਦਾ, ਨਾਲੇ ਇੱਕ ਉਹ ਚਾਹੀਦਾ ਗੂਗਲ ਲੈਂਸ, ਜਿਸ 'ਚ ਫੋਟੋ ਖਿੱਚੋ ਅਤੇ ਉੱਥੇ ਟਰਕਿਸ਼ ਲੈਂਗੁਏਜ ਨੂੰ ਹਿੰਦੀ 'ਚ ਕਰ ਦਿੰਦਾ ਵਾ, ਇੰਗਲਿਸ਼ 'ਚ ਕਰ ਦਿੰਦਾ, ਜਿਵੇਂ ਆਹ ਕੇਸਰ ਪਨੀਰੀਆ ਲਿਖਿਆ ਵਾ, ਇਹਦਾ ਮਤਲਬ ਕਿ ਸ਼ੈਡਰ ਚੀਜ਼, ਅਸੀਂ ਤਾਂ ਪਨੀਰ ਸਮਝ ਕੇ ਲੈ ਚੱਲੇ, ਹੁਣ ਆਪਾਂ ਪਨੀਰ ਲੈ ਲਿਆ, ਅੱਜ ਪਨੀਰ ਦੀ ਭੁਰਜੀ ਬਣੀ, ਦਿਨ ਜ਼ਿਆਦਾ ਰੱਖਦੇ ਹਾਂ, ਚਿਲ ਛਿਲ ਮਾਰੀਦਾ, ਆਰਾਮ ਆਰਾਮ ਨਾਲ ਘੁੰਮੀਦਾ, ਇਹਨਾਂ ਨੇ ਕੁੱਤੇ ਖਾਣੀ, ਕੁੱਤੇ ਖਾਣੀ ਚੱਲ ਅਸੀਂ ਫਿਰ ਵੀ ਕਰਦੇ ਹਾਂ, ਅਸੀਂ ਕੋਲ ਕੋਲ ਵੇਖਣਾ ਹੁੰਦਾ, ਲੇਕਿਨ ਆਪਣੇ ਕੋਲ ਟਾਈਮ ਪੂਰਾ ਹੁੰਦਾ, ਪੂਰਾ ਚਿੱਲ ਮਾਰੀਦਾ, ਆਹੋ ਅੱਜ ਪਨੀਰ ਭੁਰਜੀ ਬਣ ਲੱਗੀ ਸ਼ੈਫ ਭੱਲਾ ਸਾਹਿਬ ਵੱਲੋਂ, ਜੇ ਨਾ ਅਸੀਂ ਇਹਨਾਂ ਨੂੰ ਖਵਾ ਦਈਏ ਤਾਂ ਇਹਨਾਂ ਨੂੰ ਉੱਦਾਂ ਹੀ ਫ੍ਰੀ 'ਚ ਖਾ ਕੇ ਵੇਖ ਲਓ ਤੁਸੀਂ, ਆਪਣਾ ਜਿਹੜਾ ਮਿੱਠਾ ਮਿੱਠਾ ਪਨੀਰ ਖਵਾ ਦਿੰਦੇ ਚੌਧਿਆਂ, ਦਿੱਲੀ ਦਰਬਾਰ ਉਹ ਵੀ ਫੇਲ ਜੇ, ਮੁਸਤ ਇੰਡੀਆ ਨੇ ਟਰਾਈ ਨਹੀਂ ਕੀਤਾ, ਟਰਾਈ ਕਰਕੇ ਵੇਖ ਲਓ, ਪਨੀਰ ਖਾਣਾ ਹੀ ਸਬਜ਼ੀ ਨਹੀਂ ਮਿਲੀ, ਲੇਕਿਨ ਫਿਰ ਤੁਹਾਨੂੰ ਪਤਾ ਆਪਾਂ ਗੁਆਂਢੀ ਆਪਣੇ ਉਹਨਾਂ ਕੋਲ ਮੰਗ ਲਿਆ ਟਮਾਟਰ ਅਤੇ ਪਿਆਜ਼,
ਉਹਦੇ ਕੋਲ ਲੈਣ ਦਾ ਤੁਹਾਨੂੰ ਦੇਣਾ ਨਹੀਂ ਮੰਗ ਕੇ ਮੈਨੂੰ ਕਹਾਂ ਇਹ ਮੰਗਾਂ ਦੀ ਮਾਰ ਕੋਈ ਹੋਰ ਪਨੀਰ ਕੀ ਖੱਟਾ ਕਿਉਂ ਇੰਨਾ ਹੈ ਸਹੀ ਆ ਪਨੀਰ ਹੀ ਆ ਬਸ ਨੂੰ ਚੰਗਾ ਮੈਂ ਟੇਸਟ ਕਰ ਲੂਣ ਲੂਣ ਹੈਗਾ ਇਹਦੇ ਵਿੱਚ ਪਹਿਲੇ ਹੀ ਐਡ ਲੂਣ ਹਿਸਾਬ ਨਾਲ ਪਾਇਆ ਮੈਂ ਲੂਣ ਲੂਣ ਨਾ ਆਈ ਠੀਕ ਹੈ ਜੋ ਵੀ ਆ ਉਹਦੇ ਨਾਲ ਤਾਂ ਚੰਗਾ ਹੀ ਹੋਣਾ ਜੇ ਨਾ ਸ਼ੈਫ ਪੱਲਾ ਸਾਹਿਬ ਨੇ ਬਣਾਇਆ ਗ੍ਰੇਵੀ ਗ੍ਰੇਵੀ ਵਾਲਾ ਪਨੀਰ ਹੈ ਟੇਸਟ ਕਰੋ ਮਾਸਾ ਜਿਹਾ ਠੀਕ ਹੈ ਜੀਰਾ ਵੀ ਪਾਤਾ ਜੀਰਾ ਵੀ ਲੈ ਕੇ ਆਇਆ ਕਰੋ ਠੰਡ ਕਰਾ ਕੇ ਪਤਾ ਨਹੀਂ ਕੀ ਕਰਾ ਥੋੜਾ ਜਿਹਾ ਬਣ ਗਿਆ ਆਹੋ ਜੇ ਤਾਂ ਤੁਸੀਂ ਘਰ ਦੀਆਂ ਬਣਾਓ ਚੀਜ਼ਾਂ ਤਾਂ ਵਧੀਆ ਨਾ ਲਿਆ ਪਹਿਲਾਂ ਹੀ ਟਰਾਈ ਕਰਨ ਨਹੀਂ ਪਨੀਰ ਥੋੜਾ ਹੈ ਵਾਹ ਛੋਲੇ ਖਾਈ ਕੇ ਦਾਲ ਖਾਈ ਦਾਲ ਖਾਂਦੇ ਯਾਰ ਦਾਲ ਖਾਤੇ ਬੜੀ ਦੇਰ ਹੋ ਗਈ ਦਾਲ ਮੱਖਣੀ ਜੇ ਨਾ ਹੋਤੇ ਤੋ ਜ਼ਿੰਦਗੀ ਨਹੀਂ ਹੋਤੀ ਨਾਲ ਕੱਟਿਆ ਚੀਜ਼ਾਂ ਕਾਰ ਵੀ ਤਾਂ ਤੰਗੀ ਨਹੀਂ ਆਉਂਦੀ ਹਲਦੀਰਾਮ ਚਾਰ ਤੇ ਦਾਲ ਐਂਡ ਟਰਕੀ ਦਾ ਆਟਾ ਤੇ ਹਲਦੀਰਾਮ ਦੀ ਦਾਲ ਕੰਬੀਨੇਸ਼ਨ ਪੂਰਾ ਮਜ਼ੇਦਾਰ ਇਹਨਾਂ ਮਸਾਲੇ ਨਹੀਂ ਵਰਤਦੇ ਅਸੀਂ ਮਸਾਲਿਆਂ ਦੇ ਆਦੀ ਅੱਜ ਲੇਸ ਵੀ ਲੈਂਦੇ ਇਹਦੇ 'ਚ ਵੀ ਮਸਾਲੇ ਨਹੀਂ ਗਏ ਬੁੱਢਾ ਸਾਰਾ ਟੱਬਰ ਇੰਜੋਏ ਕਰ ਰਿਹਾ ਨਜ਼ਾਰਾ ਆ ਗਿਆ ਦਾਲ ਹੈਣਾ ਬੜਾ ਆਟਾ ਬੜਾ ਵਧੀਆ ਇਹਨਾਂ ਦਾ ਆਟਾ ਲੇਕਿਨ ਗਾਈਸ ਇੰਨਾ ਵਾ ਕਿ ਇੱਥੇ ਫੂਡ ਇੰਡੀਅਨ ਫੂਡ ਵੀ ਨਹੀਂ ਇੰਡੀਅਨ ਫੂਡ ਬੇਕਾਰ ਹੈ ਬਾਲੀ ਈਵਨ ਇੰਨਾ ਸੀ ਮਹਿੰਗਾ ਸੀ ਲੇਕਿਨ ਫੂਡ ਸਵਾਦ ਬੜਾ ਸੀ ਉੱਥੇ ਹਾਂ ਉੱਥੇ ਸਭ ਕੁਝ ਮਿਲ ਜਾਂਦਾ ਸੀ ਮਹਿੰਗਾ ਮਿਲਦਾ ਸੀ ਇੱਥੇ ਜ਼ਿਆਦਾ ਵਧੀਆ ਚਿਕਨ ਕਬਾਬ ਜੇ ਵੋ ਮੈਂ ਉਹ ਖਾਧੇ ਉਹ ਤਾਂ ਬਹੁਤ ਘੈਂਟ ਹੈ ਪਰ ਵੈਜ ਬੰਦਿਆਂ ਲਈ ਔਖਾ ਇਸ ਕਰਕੇ ਆਪਣੇ ਹਲਦੀਰਾਮ ਦੇ ਪੈਕਟ ਨਾਲ ਹੀ ਲੈ ਗਿਆ ਅੱਜ ਦੀ ਵੀਡੀਓ ਇੰਨੀ ਰੱਖਦੇ ਹਾਂ ਹਸਪਤਾਲ ਵਾਸਤਾ ਬਾਬਾ ਟੇਕ ਕੇਅਰ ਸ਼ਾਓ ਗਿੰਬਲ ਵੀ ਗੁਆ ਗਈ ਯਾਰ